ਅੱਜ ਦੀ ਅੰਜੀਲ ਦੀ ਆਖਰੀ ਵਚਨ ਯੂਹੰਨਾ 6:51 ਹੈ। ਇਹ ਵਚਨ ਸਾਨੂੰ ਖੁਦਾ ਦੇ ਪਿਆਰ ਦੀ ਡੂੰਘਾਈ ਅਤੇ ਸਾਡੇ ਰਿਸ਼ਤੇ ਬਾਰੇ ਵਿਚਾਰ ਕਰਨ ਲਈ ਸੱਦਾ ਦਿੰਦੀ ਹੈ, ਜਿਸ ਵਿੱਚ ਸਾਨੂੰ ਇਸ ਨੂੰ ਸਾਂਝਾ ਕਰਨ ਲਈ ਬੁਲਾਇਆ ਜਾਂਦਾ ਹੈ। ਆਪਣੇ ਸਰੀਰ ਨੂੰ ਸੰਸਾਰ ਦੇ ਜੀਵਨ ਲਈ ਦਿੱਤੀ ਗਈ ਰੋਟੀ ਵਜੋਂ ਦਰਸਾਉਂਦੇ ਹੋਏ ਯੇਸੂ ਮਨੁੱਖ ਜਾਤਿ ਦੀ ਮੁਕਤੀ ਲਈ ਸਲੀਬ 'ਤੇ ਆਪਣੇ ਆਉਣ ਵਾਲੇ ਬਲੀਦਾਨ ਦਾ ਗੱਲ ਕਰਦਾ ਹੈ। ਮਸੀਹ ਦੀ ਮੌਜੂਦਗੀ ਸਾਨੂੰ ਬਦਲਣ ਅਤੇ ਕਾਇਮ ਰੱਖਣ ਦੀ ਆਗਿਆ ਦੇ ਕੇ ਅਤੇ ਉਸਦੇ ਬਲੀਦਾਨ ਪਿਆਰ ਵਿੱਚ ਸਾਂਝਾ ਕਰਨ ਨਾਲ ਆਉਣ ਵਾਲਾ ਜੀਵਨ ਨੂੰ ਪਛਾਣਨ ਦਾ ਬੁਲਾਵਾ ਹੈ। ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ, ਅੱਜ ਮੈਨੂੰ ਪਵਿੱਤਰ ਯੂਕਰਿਸਤ ਵਿੱਚ ਸ਼ਰਧਾ ਅਤੇ ਪਿਆਸ ਨਾਲ ਜੀਵਨ ਦੀ ਕਿਰਪਾ ਪ੍ਰਦਾਨ ਕਰ, ਜੋ ਕਿ ਮੇਰੇ ਵਿਸ਼ਵਾਸ ਦਾ ਸਰੋਤ ਅਤੇ ਸਿਖਰ ਹੈ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।